ਸੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵ ਗਰਗ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ। ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਠਾਕੁਰ ਦੁਆਰਾ ਰਮਾਣਾ ਬਾਹਰਲਾ ਡੇਰਾ ਹਵੇਲੀ ਪੱਤੀ ਤਪਾ ਮੰਡੀ ਜ਼ਿਲ੍ਹਾ ਬਰਨਾਲਾ, ਜਿੱਥੇ ਸ਼੍ਰੀਮਾਨ 1008 ਮਹੰਤ ਬਾਬਾ ਜਗੀਰਦਾਸ ਜੀ ਦੀ 16ਵੀਂ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਮੁੱਖ ਸੰਚਾਲਕ ਮਹੰਤ ਰਘਵੀਰਦਾਸ ਜੀ, ਮਹੰਤ ਬੁੱਕਨਦਾਸ ਜੀ, ਮਹੰਤ ਸੋਮਦਾਸ ਜੀ, ਮਹੰਤ ਬੀਰਬਲਦਾਸ ਜੀ ਅਤੇ ਪੁਜਾਰੀ ਕ੍ਰਿਸ਼ਨਦਾਸ ਜੀ ਦੇਖ ਰੇਖ ਹੇਠ ਸਮੂਹ ਸ਼ਹਿਰ ਨਿਵਾਸੀਆਂ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਆਰੰਭ ਕੀਤੇ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵਾਤਾਵਰਨ ਸ਼ੁੱਧਤਾ ਲਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਸੰਤ ਰਾਜਗੀਰ ਜੀ ਤਪੇ ਵਾਲੇ ਅਤੇ ਪ੍ਰਸਿੱਧ ਕਵੀਸ਼ਰ ਜਥਾ ਕਿਸ਼ੋਰਦਾਸ ਢਿਲਮਾਂ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। Hare Krishna, Krishna Krishna, Hare Hare. Hare Krishna, Hare Krishna, Krishna Krishna, Hare Hare. Hare Rama, Hare Rama, Rama Rama. Hare Krishna,
के बोलो ये सारे बोलो सीताराम दिल खोलो ये मिल के बोलो ये सारे बोलो सीताराम जीना क्या उसका जीना जो लेता कभी ना सियावर राम का नाम दिल खोलो श्याम हे राम
जो तेरो नाम हे राम हे राम हे राम हे राम। तू ही माता तू ही पिता है, तू ही माता तू ही पिता है, तू ही माता पिता है, तू ही माता तू ही पिता है, तू ही तो है राधा का श्याम सबका स्वामी, तू अंतर्यामी सबका स्वामी, तू अंतर्यामी सबका स्वामी, तू अंतर्यामी सबका स्वामी। तेरे चरणों में चारों धाम हे राम हे राम हे राम। सवारे तू ही बिगाड़े तू ही सवारे, तू ही बिगाड़े तू ही सवारे, तू ही बिगाड़े तू ही सवारे। इस जग के सारे काम दाता विश्व विधाता, तू ही जग दाता विश्व विधाता, तू ही जग दाता विश्व विधाता, तू ही जग दाता विश्व विधाता, तू ही सुबह तू ही शाम तेरा तेरो नाम हे राम हे राम हे राम हे राम। तू ही माता तू ही पिता है, माता तू ही पिता है, तू ही माता तू ही पिता है, तू ही माता तू ही पिता है, तू ही तो है राधा का श्याम सबका स्वामी, तू अंतर्यामी सबका स्वामी, तू अंतर्यामी सबका स्वामी। Thank you.
Oh,
Yeah.
ਜਿਨ੍ਹਾਂ ਦਾ ਫਲ ਜਿਨ੍ਹਾਂ ਦੀ ਸ਼ਕਤੀ ਰਮਾਇਣ ਜੀ ਦੇ ਵਿੱਚ ਕਿਹਾ ਗਿਆ ਹੈ ਰਾਮ ਨ ਸਕਹੀ ਨਾਮ ਗੁਣ ਗਾਈ ਯਾਨੀ ਰਾਮ ਜੀ ਆਪ ਵੀ ਆਪਦੇ ਮੁੱਖ ਤੋਂ ਆਪਣੇ ਨਾਮ ਦੀ ਮਹਿਮਾ ਨਹੀਂ ਦੱਸ ਸਕਦੇ ਤੇ ਇਸ ਕਰਕੇ ਰਾਮ ਨਾਮ ਦਾ ਜਾਪ ਮੰਤਰ ਇੱਕ ਐਸਾ ਹੈ ਜੋ ਇਨਸਾਨ ਨੂੰ ਕਲਯੁਗ ਦੇ ਵਿੱਚ ਭਵ ਸਾਗਰ ਤੋਂ ਪਾਰ ਕਰਨ ਲਈ ਸਭ ਤੋਂ ਸੌਖਾ ਤਰੀਕਾ ਹੈ ਤਾਂ ਇਸ ਤੋਂ ਬਾਅਦ ਸ਼੍ਰੀ ਹਨੂੰਮਾਨ ਜੀ ਨੇ ਭਜਨ ਲਾ ਕੇ ਸ਼੍ਰੀ ਰਾਮਾਇਣ ਜੀ ਦੇ ਰਾਮ ਚਰਿਤ ਮਾਨਸ ਦੇ ਭਾਵ ਪ੍ਰਾਰੰਭ ਹੋਏ ਹਨ ਅੱਜ ਭੋਗ ਪਏ ਤੇ ਉਸ ਤੋਂ ਬਾਅਦ ਆਰਤੀ ਹੋਣ ਦਾ ਸਮਾਂ ਤਕਰੀਬਨ 20 ਮਿੰਟ ਰਹਿੰਦੇ ਹਨ ਆਰਤੀ ਹੋਣ ਦੇ ਵਿੱਚ ਔਰ ਸੰਕੀਰਤਨ ਜੋ ਮੰਡਲੀ ਹੈ ਸੋ ਸਾਡੇ ਰੇਸ਼ਮ ਖਾਨ ਜੀ ਅਥਵਾ ਪੰਡਤ ਸ਼ਾਸਤਰੀ ਜੀ ਮੱਖਣ ਲਾਲ ਜੀ ਸਾਰੇ ਔਰ ਬੰਦੇ ਸੱਜਣ ਸੋ ਇਹ ਜਿਹੜਾ ਸਤਸੰਗ ਹੈ ਸਤਸੰਗ ਇੱਕ ਐਸੀ ਵਸਤੂ ਹੈ ਇਸ ਤਰ੍ਹਾਂ ਕੋਈ ਬੜਾ ਪੁਰਾਣਾ ਰੋਗੀ ਹੈ ਉਸ ਰੋਗੀ ਨੂੰ ਵੈਦ ਮਿਲ ਜਾਵੇ ਵੈਦ ਦੇ ਕੋਲੋਂ ਕੁੜੀਆਂ ਮਿਲ ਜਾਣ ਤਾਂ ਉਸ ਕੁੜੀਆਂ ਦੇ ਨਾਲ ਉਸਦਾ ਪੁਰਾਣਾ ਰੋਗ ਦੂਰ ਹੋ ਜਾਂਦਾ ਹੈ ਵੈਦ ਮਿਲਣੇ ਸੇ ਬਗੈਰ ਰੋਗ ਦੂਰ ਨਹੀਂ ਹੁੰਦਾ ਜਿੰਨਾ ਚਿਕਰ ਵੈਦ ਨਹੀਂ ਮਿਲਦਾ ਤੇ ਰੋਗ ਵੀ ਨਹੀਂ ਦੂਰ ਹੁੰਦਾ ਇਸ ਲਈ ਸਤਸੰਗ ਇੱਕ ਐਸਾ ਵੈਦ ਹੈ ਸਤਸੰਗ ਇੱਕ ਐਸੀ ਦਵਾਈ ਹੈ ਜਿਹਦੇ ਨਾਲ ਮਨੁੱਖ ਦੇ ਕਰੋੜ ਜਨਮ ਦੇ ਪਾਪ ਕੱਟੇ ਜਾਂਦੇ ਨੇ ਸਤਸੰਗ ਸੋਈ ਜਾਣੀ ਹੈ ਇੱਥੇ ਇੱਕੋ ਨਾਮ ਬਖਾਣੀ ਹੈ ਇੱਕ ਨਾਮ ਪਰਮਾਤਮਾ ਦਾ ਲਿਆ ਜਾਂਦਾ ਹੈ
ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਅੱਲਾਹ ਰਾਮ ਖੁਦਾ ਸ਼ੰਕਰ ਕ੍ਰਿਸ਼ਨ ਦੁਰਗਾ ਆਦਿ ਸ਼ਕਤੀ ਕਿਸੇ ਵੀ ਰੂਪ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਉਹ ਇੱਕ ਵੈਦਾਂ ਦੀ ਪੁੜੀ ਹੈ ਇੱਕ ਵੈਦ ਹੈ ਉਸ ਦਵਾਈ ਹੈ ਸਤਸੰਗ ਇੱਕ ਦਵਾਈ ਜਿਹਦੇ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਸ਼ਾਂਤੀ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਸੁੱਖ ਦੇ ਨਾਲ ਲਕਸ਼ਮੀ ਘਰ ਵਿੱਚ ਆਉਂਦੀ ਹੈ ਲਕਸ਼ਮੀ ਆਉਣ ਦੇ ਨਾਲ ਘਰ ਵਿੱਚ ਰੌਣਕ ਹੁੰਦੀ ਹੈ ਰੌਣਕ ਆਉਣ ਦੇ ਨਾਲ ਇੱਜ਼ਤ ਮਾਨ ਸਤਿਕਾਰ ਵੱਧਦਾ ਹੈ ਔਰ ਲਕਸ਼ਮੀ ਦੇ ਨਾਲ ਉਨ ਕਰਮ ਪੈਦਾ ਹੁੰਦੇ ਨੇ ਜਿਵੇਂ ਆਪਾਂ ਹੁਣ ਕਣਕ ਦੀ ਫਸਲ ਬੀਜਦੇ ਹਾਂ ਇਹ ਦੁਬਾਰਾ ਫਿਰ ਔਰ ਕਣਕ ਹਰੀ ਹੁੰਦੀ ਹੈ ਇਹਦੀ ਆਵਾ ਦੇ ਵਿੱਚ ਕਿੰਨਾ ਇਹਦੇ ਆਉਣ ਦੇ ਅੰਦਰ ਕਿੰਨੀ ਖੁਸ਼ੀ ਹੁੰਦੀ ਹੈ ਜਿਹਦੇ ਘਰ ਵਿੱਚ ਦਾਣੇ ਹੋ ਜਾਂਦੇ ਇਸੇ ਤਰ੍ਹਾਂ ਸਤਸੰਗ ਦਾ ਜਦੋਂ ਫਲ ਮਿਲਦਾ ਹੈ ਲਕਸ਼ਮੀ ਮਿਲਦੀ ਹੈ ਲਕਸ਼ਮੀ ਦੇ ਨਾਲ ਪੁੰਨ ਆਉਂਦਾ ਲਕਸ਼ਮੀ ਉੱਥੇ ਆਉਂਦੀ ਹੈ ਜਿੱਥੇ ਸਾਰੇ ਪਰਿਵਾਰ ਦੀ ਏਕਤਾ ਹੋ ਜਾਂਦੀ ਜਿਸ ਤਰ੍ਹਾਂ ਆਪਾਂ ਹੁਣ ਚਾਰੋਂ ਮਹੰਤਾਂ ਦੇ ਏਕਤਾ ਦੇ ਅੰਦਰ ਮਹੰਤ ਰਘਵੀਰ ਦਾਸ ਮਹੰਤ ਬੁੱਕਣ ਦਾਸ ਮਹੰਤ ਆਪਣਾ ਰੇਸ਼ਮ ਦਾਸ ਮਹੰਤ ਬੀਰਬਲ ਦਾਸ ਸੋਮ ਦਾਸ ਤੋ ਇਹਨਾਂ ਨੇ ਤੋ ਚਾਰ ਪ੍ਰਕਾਰ ਚਾਰੋਂ ਨੇ ਔਰ ਏਕਤਾ ਦੇ ਨਾਲ ਸੋਮਨਾਥ ਜੀ ਨੇ ਬੀਰਬਲ ਦਾਸ ਜੀ ਨੇ ਰਘਵੀਰ ਜੀ ਨੇ ਔਰ ਅਥਵਾ ਬੁੱਕਣ ਦਾਸ ਜੀ ਨੇ ਬੜੇ ਪਿਆਰ ਹੋਰ ਜਿਹੜੇ ਮਿੱਤਰ ਪਿਆਰੇ ਸੰਗੀ ਸਾਥੀ ਲੀਡਰ ਸਹਿਬਾਨ ਔਰ ਕਾਂਗਰਸੀ ਲੀਡਰ ਅਕਾਲੀ ਲੀਡਰ ਆਪ ਪਾਰਟੀ ਦੇ ਲੀਡਰ ਇਹ ਧਾਰਮਿਕ ਸਥਾਨ ਨੂੰ ਪਹਿਲੇ ਦਿਨੋਂ ਹੀ ਇੱਥੇ ਮਹੰਤ ਜੀ ਜਦੋਂ ਤੋਂ ਜਗੀਰਦਾਰ ਜੀ ਥੇ ਜਗੀਰਦਾਰ ਜੀ ਦੇ ਹੁੰਦੇ ਲੀਡਰ ਸਹਿਬਾਨਾਂ ਦਾ ਪੁਲਿਸ ਵਾਲਿਆਂ ਦਾ ਪੱਤਰਕਾਰਾਂ ਦਾ ਸੰਤ ਮਹਾਤਮਾ ਦਾ ਆਉਣ ਜਾਣ ਬਣਿਆ ਹੋਇਆ ਸਵਾਮੀ ਪਰਮਾਨੰਦ ਜੀ ਦੇ ਆਸ਼ਰਮ ਵਿੱਚ ਤਾਂ ਲੇਕਿਨ ਲੀਡਰ ਸਾਹਿਬਾਨਾਂ ਦਾ ਕੰਮ ਆਉਣਾ ਸੀ ਘਰ ਘਰ ਔਰ ਇਹਨਾਂ ਦੇ ਕੋਲ ਪਹਿਲੇ ਦਿਨੋਂ ਜਦੋਂ ਕੋਈ ਨਵਾਂ ਡੱਬੇ ਦੇ ਵਿੱਚ ਪਹਿਲਾਂ ਚੌਂਕੀ ਹੁੰਦੀ ਸੀ ਚੌਂਕੀ ਦੇ ਵਿੱਚ ਸਿਰਫ ਦੋ ਸਿਪਾਹੀ ਇੱਕ ਥਾਣੇਦਾਰ ਹੁੰਦਾ ਸੀ ਤੋ ਜਦੋਂ ਰੋਟੀ ਪਾਣੀ ਖਾਣਾ ਤਾਂ ਮਹੰਤ ਜਗੀਰਦਾਰ ਦੇ ਡੇਰੇ ਉਹਨਾਂ ਨੇ ਕੋਈ ਬਾਹਰੋਂ ਡੀਸੀ ਨੇ ਆਉਣਾ ਐਸਡੀਐਮ ਨੇ ਆਉਣਾ ਤਾਂ ਕਹਿੰਦੇ ਚਲੋ ਬਾਬਾ ਕਾਲੂ ਰਾਮ ਤੇ ਬਾਬਾ ਜਗੀਰਦਾਸ ਦੇ ਡੇਰੇ ਚਲੀ ਸੋ ਉਹਨਾਂ ਦਾ ਇਸ ਤਰ੍ਹਾਂ ਦਾ ਪ੍ਰੇਮ ਭਾਵਨਾ ਸਤਿਕਾਰ ਔਰ ਉਹਨਾਂ ਦੇ ਚਹਿਲ ਪਹਿਲ ਨੂੰ ਦੇਖ ਕੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਦੇਖ ਕੇ ਸਾਰੇ ਬੜੇ ਬੜੇ ਅਫਸਰ ਤਹਿਸੀਲਦਾਰ ਨੇ ਆਉਣਾ ਪਟਵਾਰੀ ਨੇ ਆਉਣਾ ਕੇ ਮਹੰਤ ਜਗੀਰਦਾਰ ਦੇ ਡੇਰੇ ਪਟਵਾਰੀ ਆਇਆ ਭਾਈ ਉੱਥੇ ਕੋਈ ਦੁੱਖ ਤਕਲੀਫਾਂ ਨੇ ਜਿਹੜੀਆਂ ਚੱਲ ਕੇ ਸੁਣਾਉਣੀ ਹੈ ਤਹਿਸੀਲਦਾਰ ਆਉਣਾ ਹੈ ਉਹਨੂੰ ਮਿਲਣਾ ਇਸ ਕਰਕੇ ਪ੍ਰਾਚੀਨ ਡੇਰਾ ਹੈ ਜਿਸ ਦੀਆਂ ਔਰ ਸ਼ਾਖਾਵਾਂ ਬੜੀਆਂ ਲੰਬੀਆਂ ਨੇ ਦਸੀਏ ਤਾਂ ਬੜਾ ਸਮਾਂ ਲੱਗਦਾ ਹੈ ਸੋ ਅੱਜ ਵੀ ਸੰਤ ਮਹਾਤਮਾ ਨੂੰ ਔਰ ਲੀਡਰ ਸਾਹਿਬਾਨਾਂ ਨੂੰ ਬੁਲਾ ਕੇ ਸੋ ਇਸ ਜਗ੍ਹਾ ਦਾ ਵੱਧ ਤੋਂ ਵੱਧ ਮਾਨ ਵਧਿਆ ਹੈ ਕੀਰਤਨ ਹੋ ਰਿਹਾ ਹੈ ਔਰ ਰਮੈਨ ਜੀ ਦਾ ਪਾਠ ਦੇ ਜਿਨ੍ਹਾਂ ਦੇ ਹੁਣ ਸਮਾਪਤੀ ਦਾ ਸਮਾਂ ਹੈ ਸੋ ਇਸ ਲਈ ਬੜੇ ਵੱਧ ਚੜ ਕੇ ਇਹਨਾਂ ਬੱਚਿਆਂ ਵੱਲੋਂ ਇਹਨਾਂ ਚਾਰੇ ਮਹੰਤਾਂ ਵੱਲੋਂ ਮੇਰੀਆਂ ਬੇਟੀਆਂ ਵੱਲੋਂ ਮਾਤਾ ਵੱਲੋਂ ਭੈਣਾਂ ਵੱਲੋਂ ਵੀਰਾਂ ਤੇ ਬਜ਼ੁਰਗਾਂ ਵੱਲੋਂ ਬੜੀ ਸੇਵਾ ਹੋਈ ਹੈ ਬੜੀ ਸੇਵਾ ਕਰ ਰਹੀਆਂ ਨੇ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਔਰ ਪ੍ਰੇਮ ਨਾਲ ਸਤਸੰਗ ਨੂੰ ਸੁਣਨ ਦੀ ਚਾਹਨਾ ਬਣਾ ਰਹੀਆਂ ਨੇ ਹੌਲੀ ਹੌਲੀ ਲਗਨ ਲਾਓ ਸਤਸੰਗ ਕਰੇ ਕਹਿ ਕੇ ਔਰ ਇੱਕ ਜਾਣੀ ਮੂਹਰੇ ਬੋਲੇ
دو جانیا چار جانیا مگر بولن اور رام ہرے رام ہرے راما ہرے کرشن ہرے کرشنا اینا تا پن سب نو آوندا ہے رادے شام ہرے سیتا رام ہرے سب نو آوندا ہے سو اس طرح کر کے اندا گنچا کیرتن کر لیا کرو تہاڈا جیون سفل ہو جائے کن سفل ہو جان جیبا سفل ہو جائے سو سوڑا پرماتما دا نام لیا کرو بولے کرشن بھگوان کی جے رام چندر مہاراج کی جے I'm
ਲੱਗੇ
ਹਾਜ਼ਰੀ ਵਿੱਚ ਦਰਬਾਰ ਸੱਚੇ ਖੁਸ਼ੀ ਉੱਤੇ ਦਸੇ ਅਵਤਾਰ ਤੁਹਾਡੇ ਲੈ ਕੇ ਖੁਸ਼ੀ ਦੇ ਪੁਸ਼ਪ ਦਰਬਾਰ ਸਿੰਘਾ चेले हुए ने सुखदाती जी उन्हां दी वड्डी भैण सी सो बाबा सुखानंद जी ने भी इस डेरे दे विच स्थान दे विच तपस्या की ते बाबा तापा राम जी ने भी बाबा तापा राम जी तपे नूं बसा गए ने संतां जी में मैं करिए बयान जी करिए बयान जी प्रभु दा हवै ते करिए ध्यान जी करिए ध्यान जी उच्ची अते सुच्ची मंजले नूं पागे मंजले नूं पागे बाबा तापा राम तापे नूं बसागे तापे नूं बसागे बाबा सुखानंद होके दयाल जी होके दयाल जी बाकसे करती कमाल जी करती कमाल जी ਔਲਾਦਿਆਂ ਨੂੰ ਰੰਗ ਪਾਗ ਲਾਗੇ ਰੰਗ ਪਾਗ ਲਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਬੱਚਿਆਂ ਨੂੰ ਲੈ ਕੇ ਡੇਰੇ ਵਿੱਚ ਆਏ ਸੀ ਡੇਰੇ ਵਿੱਚ ਆਏ ਸੀ ਸੰਤਾਂ ਦੀ ਆਣ ਚੋਲੀ ਵਿੱਚ ਪਾਏ ਸੀ ਆਣ ਚੋਲੀ ਵਿੱਚ ਪਾਏ ਸੀ ਬੱਚਿਆਂ ਨੂੰ ਸੰਤਾਂ ਦੇ ਲਾੜ ਲਾਗੇ ਸੰਤਾਂ ਦੇ ਲਾੜ ਲਾਗੇ ਬਾਬਾ ਤਾਪਾ ਰਾਮ ਤਾਬੇ ਨੂੰ ਵਸਾਗੇ ਤਾਬੇ ਨੂੰ ਵਸਾਗੇ ਤਾਪਾ ਰਾਮ ਹੋ ਕੇ ਜਦੋਂ ਹੁਸ਼ਿਆਰ ਜੀ ਹੋ ਗਏ ਹੁਸ਼ਿਆਰ ਜੀ ਬਾਬਾ ਸੁਖਾਨੰਦ ਲੈ ਆ ਗੁਰੂ ਧਾਰ ਜੀ ਲੈ ਆ ਗੁਰੂ ਧਾਰ ਜੀ ਗੁਰੂਆਂ ਦਾ ਨਾਮ ਰੋਸ਼ਨ ਬਣਾਗੇ ਨਾਮ ਰੋਸ਼ਨ ਬਣਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਜੋ ਵੀ ਕੋਈ ਆਵੇ ਬਾਬਿਆਂ ਦੇ ਦਰ ਤੇ ਬਾਬਿਆਂ ਦੇ ਦਰ ਤੇ ਹੱਥ ਲਾਉਂਦੇ ਚਰ ਦੀ ਜੋ ਸੁਖੀ ਕਰਦੇ ਜੋ ਸੁਖੀ ਕਰਦੇ ਤਾਂ ਹੀ ਲੋਕ ਗੁਣ ਸੰਤਾਂ ਦੇ ਗਾਗੇ ਸੰਤਾਂ ਦੇ ਗਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਸੰਤ ਤਾਪਾ ਰਾਮ ਭਗਤੀ ਕਮਾਉਂਦੇ ਭਗਤੀ ਕਮਾਉਂਦੇ ਪੁੱਲ ਵੱਟ ਗਿਆ ਨੂੰ ਸਿੱਧੇ ਰਾਹੇ ਪਾਵਾਂਦੇ ਸਿੱਧੇ ਰਾਹੇ ਪਾਵਾਂਦੇ ਤਾਪਾ ਰਾਮ ਦੁਨੀਆਂ ਤੇ ਚਮਕਾਗੇ ਦੁਨੀਆਂ ਤੇ ਚਮਕਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਮਾਈ ਦਾ ਜੀ ਦੇਖੋ ਭਗਤੀ ਕਮਾਉਂਦੀ ਹੈ ਭਗਤੀ ਕਮਾਉਂਦੀ ਹੈ ਦੂਰੋਂ ਦੂਰੋਂ ਜੰਗ ਤੇ ਚੱਲ ਕੇ ਤੇ ਆਉਂਦੀ ਹੈ ਚੱਲ ਕੇ ਤੇ ਆਉਂਦੀ ਹੈ ਸੰਗਤਾਂ ਦੇ ਤਾਂ ਹੀ ਵਚਨ ਸੁਣਾਵੇ ਵਚਨ ਸੁਣਾਵੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਵੇ ਤਾਪੇ ਨੂੰ ਵਸਾਵੇ ਤਾਪਾ ਸ਼ਬਦ ਫੇਰ ਜੈ ਜੈ ਕਾਮ ਮੇਰੀ ਜੈ ਜੈ ਕਾਮ ਜਾਂਦੇ ਸੰਗਤਾਂ ਨੂੰ ਉੱਤੇ ਵਚਨ ਸੁਣਾਵੇ ਜੀ ਵਚਨ ਸੁਣਾਵੇ ਪੂਜਨੀ ਕੇ ਜਗਾ ਉੱਤੇ ਬਣਵਾਗੇ ਉੱਤੇ ਬਣਵਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਸੰਤਾਂ ਦੀ ਮਹਿਮਾ ਅਪਰ ਅਪਾਰ ਜੀ ਹੁੰਦੀ ਹੈ ਅਪਰ ਅਪਾਰ ਜੀ ਨਗਰ ਬਥੇਰੇ ਇਹਨਾਂ ਦਿੰਦੇਦਾਰ ਜੀ ਇਹਨਾਂ ਦਿੰਦੇਦਾਰ ਜੀ ਕਵਿਤਾ ਵੀ ਮੈਂ ਤੋ ਆਪ ਲਿਖਵਾਗੇ ਆਪ ਲਿਖਵਾਗੇ ਬਾਬਾ ਤਾਪਾ ਰਾਮ ਤਾਪੇ ਨੂੰ ਵਸਾਗੇ ਤਾਪੇ ਨੂੰ ਵਸਾਗੇ ਨਗਿੰਦਰ ਗੋਪਾਲ ਗੁਰੂ ਨੂੰ ਧਿਆਵਾਂਦਾ ਗੁਰੂ ਨੂੰ ਧਿਆਵਾਂਦਾ ਬਿੰਦਰ ਦੇ ਨਾਲ ਬਿੰਦਰ ਹੈ ਗਾਵਾਂਦਾ ਬਿੰਦਰ ਹੈ ਗਾਵਾਂਦਾ ਨੰਦ ਜੋ ਕਿਸ਼ੋਰ ਕਾਵ ਤਲਵਾਗੇ
ਬਾਬਾ ਰਾਮ ਤਬੇ ਨੂੰ ਵਸਾਵੇ ਤਬੇ ਨੂੰ ਵਸਾਵੇ ਸੋ ਬਹੁਤ ਬਹੁਤ ਸਨਮਾਨ ਆਇਆ ਸਾਡੇ ਮਹੰਤ ਜਣਾ ਕੰਨਿਓ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਇੱਕ ਹਫ਼ਤਾ ਦੀ ਆਗਿਆ ਸੀ ਸੋ ਹਾਜ਼ਰੀ ਲਵਾ ਦਿੱਤੀ ਹੈ ਜੋ ਵੀ ਹੋਰ ਵੀ ਵੀਰ ਬਹੁਤ ਦਾ ਮਾਨ ਕਰਕੇ ਨਾਲ ਆਪਾਂ ਭਗਵਾਨ ਦੇ ਚਰਨਾਂ ਚ ਆਏ ਹਾਂ ਭਗਵਾਨ ਆਪ ਦੀ ਮਨੋਕਾਮਨਾ ਪੂਰੀ ਕਰੇ ਤੋ ਮਹੰਤ ਜਗੀਰਦਾਸ ਜੀ ਦੀ 16ਵੀਂ ਵਰਸੀ ਸਾਰੇ ਹੀ ਨਗਰ ਵੱਲੋਂ ਮੰਡੀ ਬਣੀਓ ਔਰ ਡੇਰੇ ਦੇ ਮਾਨਤਾ ਕਰਨੀਓ ਸ਼ਰਧਾ ਦੇ ਨਾਲ ਸ਼੍ਰੀ ਰਮਾਇਣ ਪਾਠ ਕਰਾਏ ਗਏ ਨੇ ਜਿਸ ਵੀ ਮਨੋਕਾਮਨਾ ਦੇ ਨਾਲ ਆਪ ਨੇ ਰਮਾਇਣ ਪਾਠ ਕਰਾਏ ਗਏ ਹਰ ਮਨੋਕਾਮਨਾ ਪੂਰੀ ਕਰੇ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਸਾਡੇ ਰਿਪੋਰਟਰ ਗੌਰਵ ਕਕਸ਼ੇ ਪੰਨਾ ਗੱਲਬਾਤ ਕਰਦਿਆਂ ਮਹੰਤ ਰਘਵੀਰ ਦਾਸ ਜੀ ਮਹੰਤ ਬੁੱਕਣ ਦਾਸ ਜੀ ਮਹੰਤ ਸੋਮਦਾਸ ਜੀ ਪੁਜਾਰੀ ਕ੍ਰਿਸ਼ਨ ਦਾਸ ਜੀ ਅਤੇ ਸਮੁੱਚੇ ਸੰਗਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸੰਗਤਾਂ ਦਾ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਡੇਰਾ ਠਾਕੁਰ ਦੁਆਰਾ ਰਮਾਣਾ ਬਾਹਲਾ ਡੇਰਾ ਹਵੇਲੀ ਪੱਤੀ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤੋਂ ਗੌਰਵ ਗਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ ਬਿਨਤੀ ਕੀਨੀ ਉਤਰਾ
राम लखन ने शीश नवाए ਚੰਦਰ ਮਹਾਰਾਜ ਕੀ ਜੈ। ਅੱਜ ਅਸੀਂ ਉਸ ਮਹਾਨ ਮਹਾਂਪੁਰਸ਼ਾਂ ਦੀ ਬਰਸੀ 'ਤੇ ਵਿਰਾਜਮਾਨ ਹੋਏ ਹਾਂ ਸਾਰੇ ਸਾਧੂ ਮਹਾਤਮਾ, ਅਤੇ ਅਸੀਂ ਉਸ ਗੱਡੀ ਦੇ ਹੁਣ ਸਰਪ੍ਰਸਤ ਹਾਂਗੇ, ਅਤੇ ਅਸੀਂ ਚਾਰੋਂ ਮੈਂ ਬੁੱਕਣ ਦਾਸ, ਰਘਵੀਰ ਦਾਸ, ਸੋਮਦਾਸ, ਵੀਰਵਾਲ ਦਾਸ। ਅੱਜ ਇਹ ਉਹਨਾਂ ਮਹਾਂਪੁਰਸ਼ਾਂ ਦੀ ਬਰਸੀ ਆ ਜਿਹੜੇ ਮਹਾਂਪੁਰਸ਼ ਮਹੰਤ ਜੰਗੀਰਦਾਸ ਜੀ ਦਾਨਵੀਰ ਕਰਨ ਦੇ ਨਾਂ ਨਾਲ ਜਾਣੇ ਜਾਂਦੇ ਨੇ, ਅਤੇ ਅੱਜ ਉਹਨਾਂ ਦੀ 16ਵੀਂ ਬਰਸੀ 'ਤੇ ਅਸੀਂ ਇਕੱਤਰਿਤ ਹੋਏ ਹਾਂ ਅਤੇ ਸਾਧ ਸੰਗਤ ਆਈ ਆ। ਅਖੰਡ ਰਮਾਇਣ ਜੀ ਦੇ ਪਾਠ ਦਾ ਭੋਗ ਪਾਏ ਗਏ ਨੇ। ਅਸੀਂ ਜੋ ਵੀ ਸਾਧ ਸੰਗਤ ਆਈ ਆ, ਸਾਧੂ ਮਹਾਤਮਾ ਆਏ ਨੇ, ਉਹਨਾਂ ਦਾ ਤਹਿ ਦਿਲੋਂ ਜੀ ਆਇਆਂ ਕਹਿੰਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ। ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ। ਸੋ ਡੇਰਾ ਠਾਕਰ ਦੁਆਰਾ ਰਮਾਣਾ ਬਹਿਰੂਨ ਤਪਾ ਹਵੇਲੀ ਪੱਤੀ ਜ਼ਿਲ੍ਹਾ ਬਰਨਾਲਾ ਵਿਖੇ ਸਾਡੇ ਬ੍ਰਹਮਲੀਨ ਮਹੰਤ ਬਾਬਾ ਜੰਗੀਰਦਾਸ ਜੀਆਂ ਦੀ 16ਵੀਂ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ 22 ਨਵੰਬਰ ਨੂੰ ਪ੍ਰਕਾਸ਼ ਹੋਏ ਸ਼੍ਰੀ ਅਖੰਡ ਪਾਠ ਰਮਾਇਣ ਜੀ ਦੇ ਭੋਗ 23 ਨਵੰਬਰ ਨੂੰ ਪਾਏ ਗਏ ਹਨ। ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ, ਚੱਲ ਕੇ ਪਹੁੰਚੀਆਂ, ਅਤੇ ਮਹੰਤ ਜਨ ਪਹੁੰਚੇ ਆ। ਕਵੀਸ਼ਰੀ ਜਥੇ ਨੇ, ਬਾਬਾ ਤਪਾ ਰਾਮ ਜੀ ਨੇ ਕਵਿਤਾ ਵੀ ਸੁਣਾਈ ਗਈ ਹੈ, ਉਹਦੇ ਵਿੱਚ 12 ਗਾਈਆਂ ਗਈਆਂ ਨੇ। ਅਤੇ ਸਾਧਕੀ ਸੰਗਤ ਚੈਨਲ ਜਿਹੜਾ ਨਿਊਜ਼ ਚੈਨਲ ਗੌਰਵ ਸ਼ੇਰਪੁਰ ਜੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਾਰੀ ਅਖੰਡ ਰਮਾਇਣ ਦੀ ਜੋ ਵਰਸੀ ਦਾ ਕੰਮ ਨੇ ਕੀਤੀ ਆ ਉਹਦੀ ਕਵਰੇ ਕਰਕੇ ਉਹਨਾਂ ਨੇ ਚੈਨਲ 'ਤੇ ਪਾਈ ਆ। ਸੋ ਉਹਨਾਂ ਦਾ ਵੀ ਧੰਨਵਾਦ, ਬਾਹਰੋਂ ਆਈਆਂ ਸੰਗਤਾਂ ਦਾ ਵੀ ਧੰਨਵਾਦ, ਸਾਡੇ ਮਹੰਤ ਜਨ ਪ੍ਰਬੰਧਕ ਠਾਕਰ ਦੁਆਰੇ ਦੇ 4 ਮਹੰਤ, ਬੁੱਕਣ ਦਾਸ ਜੀ, ਮਹੰਤ ਰਘਵੀਰ ਦਾਸ ਜੀ,
ਮਹੰਤ ਸੋਮਦਾਸ ਜੀ, ਮਹੰਤ ਬੀਰਬਲ ਦਾਸ ਜੀ, ਪੁਜਾਰੀ ਕ੍ਰਿਸ਼ਨ ਦਾਸ ਜੀ। ਸੋ ਸਰ ਖੱਟ ਦਰਸ਼ਨ ਸਾਰੂ ਸਮਾਜ ਮਹਾਂਮੰਡਲ ਪੰਜਾਬ ਦੇ ਮਹੰਤ ਜਨ ਵੀ ਪਹੁੰਚੇ ਸੀ। ਸਾਰਿਆਂ ਨੂੰ ਜੀ ਆਇਆਂ ਆਖ ਰਿਹਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ। ਜੈ ਸੀਤਾ ਰਾਮ, ਜੈ ਜੈ ਸੀਤਾ ਰਾਮ।